सत श्री अकाल, तुसे देख लो जहान टाइम्स। मैं हाँ प्रवलीन कौर। लगातार 13 दिन हो चुके ने ते अमृतपाल दी भाल दे विच पुलिस लगी हुई है और पूरे पंजाब भर दे विच भारी पुलिस फोर्स भी जिथे तैनात है और अमृतपाल सिंह दी तलाश जिहड़ी लगातार जा रही है। उस दे नाल वड्डी खबर जुड़दी दसदियां तुहानू कि अमृतपाल सिंह जिहड़े कि हुशियारपुर दे विच इनोवा गड्डी दे विच जदों कि पाए गए सी और उस तों बाद उस दे ड्राइवर नूं हुण गिरफ्तार पुलिस दे वल्लों कर लिता गया है, जिथे इनोवा गड्डी दे विच अमृतपाल सिंह ते नाल पप्पलप्रीत सिंह मौजूद ਸੀ। ਹੁਸ਼ਿਆਰਪੁਰ ਦੇ ਵਿੱਚ ਇਨੋਵਾ ਗੱਡੀ ਦੇ ਵਿੱਚ ਜਦੋਂ ਪੁਲਿਸ ਦੇਖਦੀ ਹੈ ਤਾਂ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਗੱਡੀ ਨੂੰ ਲਗਾ ਕੇ ਉੱਥੋਂ ਦੀ ਫਰਾਰ ਹੋ ਜਾਂਦੇ ਆ ਔਰ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਿਹੜੀ ਕੀ ਹੈ ਗੱਡੀ ਵੀ ਬਰਾਮਦ ਕਰ ਲਿੱਤੀ ਜਾਂਦੀ ਹੈ ਔਰ ਇਸਦੇ ਨਾਲ ਇਸਦੇ ਡਰਾਈਵਰ ਨੂੰ ਵੀ ਜਿਹੜਾ ਗ੍ਰਿਫਤਾਰ ਕਰ ਲਿੱਤਾ ਜਾਂਦਾ ਹੈ। ਹਜੇ ਤੱਕ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕੋਈ ਵੀ ਜਾਣਕਾਰੀ ਨਹੀਂ ਦਿੱਤੀ, ਪਰ ਤੁਹਾਨੂੰ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਸਾਹਮਣੇ ਆਈ ਹੈ ਕਿ ਜਿਹੜਾ ਡਰਾਈਵਰ ਚਰਨਜੀਤ ਸਿੰਘ ਨਾਮ ਦੱਸਿਆ ਜਾ ਰਿਹਾ ਉਸ ਨੂੰ ਵੀ ਗ੍ਰਿਫਤਾਰ ਕਰ ਲਿੱਤਾ ਗਿਆ, ਉਸ ਤੋਂ ਵੀ ਜਿਹੜੀ ਇਨਵੈਸਟੀਗੇਸ਼ਨ ਲਗਾਤਾਰ ਜਾ ਰਹੀ ਹੈ। ਹੁਸ਼ਿਆਰਪੁਰ ਦੇ ਨੇੜੇ ਇਹਨਾਂ ਨੂੰ ਦੇਖਿਆ ਗਿਆ ਸੀਗਾ ਜਦੋਂ ਕਿ 2 ਦਿਨ ਪਹਿਲੇ ਔਰ ਉਸ ਤੋਂ ਬਾਅਦ ਇਨੋਵਾ ਗੱਡੀ ਨੂੰ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਖੜਾ ਕੇ ਉੱਥੋਂ ਦੀ ਫਰਾਰ ਹੋ ਜਾਂਦੇ ਨੇ, ਜਿੱਥੇ ਉਸ ਤੋਂ ਬਾਅਦ ਪੁਲਿਸ ਨੂੰ ਜਿਹੜੀ ਸੂਚਨਾ ਮਿਲਦੀ ਹੈ, ਪੁਲਿਸ ਜਦੋਂ ਉੱਥੇ ਮੌਕੇ ਤੇ ਪਹੁੰਚਦੀ ਹੈ ਤਾਂ ਇਨੋਵਾ ਗੱਡੀ ਵੀ ਜਿਹੜੀ ਹੈ ਜ਼ਬਤ ਕਰ ਲਿੱਤੀ ਜਾਂਦੀ ਹੈ ਔਰ ਉਸਦੇ ਨਾਲ ਡਰਾਈਵਰ ਚਰਨਜੀਤ ਸਿੰਘ ਦੀ ਭਾਲ ਵੀ ਕੀਤੀ ਜਾਂਦੀ, ਜਿੱਥੇ ਡਰਾਈਵਰ ਚਰਨਜੀਤ ਸਿੰਘ ਨੂੰ ਹੁਣ ਗ੍ਰਿਫਤਾਰ ਕਰ ਲਿੱਤਾ ਗਿਆ ਉੱਥੇ ਹੀ ਲਗਾਤਾਰ ਭਾਲ ਜਾਰੀ ਹੈ। ਆਪਰੇਸ਼ਨ ਅੰਮ੍ਰਿਤਪਾਲ ਜਿਹੜਾ ਕਿ ਲਗਾਤਾਰ ਭਾਰੀ ਪੁਲਿਸ ਫੋਰਸ ਲੱਗੀ ਹੋਈ ਹੈ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੱਭਣ ਵਾਸਤੇ ਔਰ ਇਸਦੇ ਨਾਲ ਜਿਹੜੀ ਹੈ ਚਰਨਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਜੋ ਕਿ ਇਨੋਵਾ ਗੱਡੀ ਦਾ ਡਰਾਈਵਰ ਸੀ ਔਰ 2 ਦਿਨ ਪਹਿਲੇ ਹੁਸ਼ਿਆਰਪੁਰ ਦੇ ਵਿੱਚ ਉਹਨਾਂ ਨੂੰ ਬਿਠਾ ਕੇ ਉੱਥੋਂ ਦੀ ਲੈ ਕੇ ਜਾ ਰਿਹਾ ਸੀਗਾ, ਜਿੱਥੇ ਪੁਲਿਸ ਉਹਨਾਂ ਨੂੰ ਦੇਖਦੀ ਔਰ ਇਨੋਵਾ ਗੱਡੀ ਨੂੰ ਜ਼ਬਤ ਕਰ ਲੈਂਦੀ ਹੈ ਔਰ ਇਨੋਵਾ ਗੱਡੀ ਤੋਂ ਬਾਅਦ ਹੁਣ ਉਸਦੇ ਡਰਾਈਵਰ ਚਰਨਜੀਤ ਸਿੰਘ ਤੱਕ ਪੁਲਿਸ ਪਹੁੰਚ ਜਾਂਦੀ, ਚਰਨਜੀਤ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿੱਤਾ ਜਾਂਦਾ। ਇਸ ਦੇ ਨਾਲ ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਜਿਸ ਨੂੰ ਕਿ ਗ੍ਰਿਫਤਾਰ ਕਰ ਲਿੱਤਾ ਗਿਆ ਜਿਸਦਾ ਨਾਮ ਜੋਗਾ ਸਿੰਘ ਦੱਸਿਆ ਜਾ ਰਿਹਾ ਜੋ ਸਾਹਨੇਵਾਲ ਦਾ ਰਹਿਣ ਵਾਲਾ ਹੈ, ਹਜੇ ਤੱਕ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਹੈ, ਪਰ ਤੁਹਾਨੂੰ ਦੱਸ ਦਈਏ ਕਿ ਜੋਗਾ ਸਿੰਘ ਨੂੰ ਵੀ ਜਿਹੜਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿੱਤਾ ਗਿਆ ਜਿਹੜੀ ਖਬਰ ਸਾਨੂੰ ਸਾਹਮਣੇ ਆਈ ਹੈ ਔਰ ਉਸ ਦੇ ਵਿੱਚ ਤੁਹਾਨੂੰ ਦੱਸ ਦਿੰਦੇ ਹਾਂ ਹਜੇ ਤੱਕ ਪੁਲਿਸ ਵੱਲੋਂ ਜਾਂ ਫਿਰ ਗੁਰਦੁਆਰਾ ਸਾਹਿਬ ਦੇ ਵੱਲੋਂ ਕੋਈ ਵੀ ਜਿੱਥੇ ਜੋਗਾ ਸਿੰਘ ਰਹਿੰਦੇ ਸੀ ਉਹ ਤੋਂ ਕੋਈ ਵੀ ਜਾਣਕਾਰੀ ਨਹੀਂ ਸਾਹਮਣੇ ਆਈ ਹੈ, ਪਰ ਜੋਗਾ ਸਿੰਘ ਜਿਹੜਾ ਕਿ ਗ੍ਰਿਫਤਾਰ ਹੋ ਚੁੱਕਿਆ। ਹੋਰ ਵਧੇਰੀ ਅਪਡੇਟਸ ਲਈ ਤੁਸੀਂ ਦੇਖਦੇ ਰਹੋ ਲੁਧਿਆਣਾ 9।